ਸਤਿ ਸ਼੍ਰੀ ਅਕਾਲ ਜੀ ਇੱਕ ਨਵੀਂ ਵੀਡੀਓ ਵਿੱਚ ਸਵਾਗਤ ਹੈ ਇਹ ਮੈਂ ਸਪੈਸ਼ਲੀ ਇਹ ਬੀਜ ਤਾਂ ਪੀਆਰ 121 ਲੱਗਾ ਸਪੈਸ਼ਲ ਇਹਦੀ ਤੇ ਵੀਡੀਓ ਨਹੀਂ ਮੈਂ ਬਣਾਉਣ ਜਾ ਰਿਹਾ ਮੈਂ ਬਣਾਉਣ ਜਾ ਰਿਹਾ ਕਿ ਝਾੜ ਆਪਣਾ ਕਿਸ ਵੇਲੇ ਘਟ ਆਉਂਦਾ ਜਿੱਦਾਂ ਤੁਸੀਂ ਇਹ ਚ ਉਹਨਾਂ ਦੇਖ ਲਓ ਇਹ ਚ ਉਹ ਨਾ ਹੌਲੀ-ਹੌਲੀ ਤਿਆਰ ਹੋ ਰਿਹਾ ਇਹ ਦੇਖੋ ਉੱਪਰੋਂ ਇਹਦੀ ਜਿਹੜਾ ਇਹ ਝੰਡਾ ਪੱਤਾ ਇਹ ਉੱਪਰੋਂ ਸੁੱਕਣਾ ਸਟਾਰਟ ਹੋ ਗਿਆ ਤੇ ਜਿਹੜਾ ਇਹ ਥੱਲੋਂ ਇਹ ਦੇਖੋ ਅਜੇ ਪੱਤਾ ਇਹਦਾ ਇੰਨਾ ਕੁ ਸਾਰਾ ਪੀਲਾ ਹੋਇਆ ਤੇ ਜਿਹੜੀ ਥੱਲੋਂ ਮੁੰਜਰ ਆ ਇਹ ਲਾਸਟ ਤੱਕ ਪੂਰੀ ਪੱਕ ਚੁੱਕੀ ਆ ਤੇ ਇਹ ਝੋਨਾ ਆਪਣਾ ਪੂਰਾ ਟਾਈਮ ਲੈ ਕੇ ਪੂਰਾ ਵਧੀਆ ਤਰੀਕੇ ਨਾਲ ਝੋਨਾ ਪੱਕ ਰਿਹਾ ਆ ਤੇ ਜੇ ਮੈਂ ਇਸ ਝੋਨੇ ਦੀ ਗੱਲ ਕਰਾਂ ਇਹ ਤੁਸੀਂ ਦੇਖ ਲਓ ਇਹ ਝੋਨਾ ਜਿਹੜਾ ਇਹ ਆਪਣਾ ਝੰਡਾ ਪੱਤਾ ਜੇ ਮੁੰਜਰ ਇਹਦੀ ਦੇਖੋ ਹਰੀ ਆ ਤੇ ਝੰਡਾ ਪੱਤਾ ਇਹਦਾ ਪੀਲਾ ਹੋਣਾ ਪੂਰਾ ਸਟਾਰਟ ਹੋ ਗਿਆ ਜਿਹਦੇ ਕਾਰਨ ਪੱਤਾ ਸੁੱਕ ਰਿਹਾ ਆ ਜਿਹਦੇ ਕਾਰਨ ਇਹ ਵੈਰਾਈਟੀ ਆਪਣੀ ਥੋੜੀ ਜਿਹੀ ਪਛੇਤੀ ਵੈਰਾਈਟੀ ਲੱਗੀ ਸੀ ਇਹ ਝੋਨਾ ਚੇ ਪਛੇਤਾ ਲੱਗਿਆ ਸੀ ਪਰ ਇਹ ਝੋਨਾ ਜਿਹੜਾ ਇਹ ਝਾੜ ਕੱਟ ਹੀ ਦੇਗਾ ਕਿਉਂਕਿ ਇਹ ਤੁਸੀਂ ਦੇਖ ਲਓ ਮੁੰਜਰ ਪੂਰੀ ਹਰੀ ਆ ਜਿਹੜਾ ਝੰਡਾ ਪੱਤਾ ਉਹ ਸੁੱਕ ਗਿਆ ਆ ਸੁੱਕਣਾ ਸਟਾਰਟ ਹੋ ਗਿਆ ਕਿਤੇ ਕਿਤੇ ਤੇ ਬਹੁਤ ਜ਼ਿਆਦਾ ਝੋੜੀਆਂ ਬਣ ਗਈਆਂ ਇਹ ਝੋਨਾ ਝਾੜ ਕੱਟ ਹੀ ਦੇਗਾ ਜਿਹੜਾ ਝੋਨਾ ਪੂਰਾ ਆਪਣਾ ਟਾਈਮ ਲੈ ਕੇ ਐਂ ਵਧੀਆ ਤਰੀਕੇ ਨਾਲ ਹੌਲੀ 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 ਇਹ ਮੁੰਜਰ ਥੱਲੋਂ ਸੁੱਕ ਜਾਂਦੀ ਆ ਤੇ ਝੰਡਾ ਪੱਤਾ ਜਿਹੜਾ ਉਹ ਅਜੇ ਪੀਲਾ ਹੋਣਾ ਸਟਾਰਟ ਹੁੰਦਾ ਆ ਉਦੋਂ ਚੋਨਾਪੂਰਾ ਝਾੜ ਵਧੀਆ ਤਰੀਕੇ ਨਾਲ ਦਿੰਦਾ ਬਾਕੀ ਝਾੜ ਤੇ ਮੌਸਮ ਤੇ ਡਿਪੈਂਡ ਕਰਦੀ ਆ ਪਰ ਕੁਝ ਕੁ ਗੱਲਾਂ ਇਥੋਂ ਪਤਾ ਲੱਗ ਜਾਂਦੀਆਂ ਨੇ ਧੰਨਵਾਦ ਜੀ